गुड मॉर्निंग स्टूडेंट आज ਆਪਾਂ ਕਲਾਸ 7 ਦਾ ਸਬਜੈਕਟ ਇੰਗਲਿਸ਼ ਦੀ ਪੋਇਮ ਟ੍ਰੇਨਸ ਬਾਰੇ ਪੜਾਂਗੇ ਟ੍ਰੇਨਸ ਤੁਸੀਂ ਜਾਣਦੇ ਹੋ ਰੇਲ ਗੱਡੀਆਂ ਸਾਰੇ ਬੱਚਿਆਂ ਨੇ ਵੇਖੀਆਂ ਹੋਣਗੀਆਂ ਬਹੁਤ ਛੋਟੀ ਜੀ ਪੋਇਮ ਹੈ ਮੈਨੂੰ ਆਸ ਹੈ ਤੁਹਾਨੂੰ ਬਹੁਤ ਜਲਦੀ ਸਮਝ ਆਏਗੀ ਟ੍ਰੇਨਸ ਵਿੱਚ ਬੈਠ ਐਕਟੀਵਿਟੀ 1 ਵਿੱਚ ਵਰਡ ਮੀਨਿੰਗ ਹੈ ਪੈਸੇਂਜਰਸ ਯਾਤਰੀ ਪ੍ਰੀਅਸ ਕੀਮਤੀ ਮੇਲ ਚਿੱਠੀ ਪੱਤਰ ਡਾਕ ਫਰੇਟ ਜਿਹੜੇ ਬਟੇ ਮਾਲ ਗੱਡੀਆਂ ਜਿਹਨਾਂ ਚ ਮਾਲ ਲੈ ਕੇ ਜਾਂਦੇ ਡਸਕ ਡਸਕ ਹੁੰਦਾ ਸੂਰ ਚੜ੍ਹਨ ਦਾ ਸਮਾਂ ਤੇ ਡਾਊਨ ਸੂਛੇਪਣ ਦੇ ਸਮੇਂ ਵਿਦਾਊਟ ਬਿਨਾਂ ਰੁਕੇ ਬਿਨਾਂ ਰੁਕਾਵਟ ਫੇਲ ਬਿਨਾਂ ਸਫਲ ਹੋਏ ਆਪਦੇ ਮੰਜ਼ਿਲੋਂ ਪਹੁੰਚ ਜ ਜਾਂਦੇ ਹਾਂ येसी बेटे 3 एंड दी वर्ड मीनिंग आओ अब ट्रेन पोयम पढ़ते हैं बहुत छोटी ही पोयम है ध्यान ਨਾਲ ਸੁਣਿਆ ਦੇ ਤੁਹਾਨੂੰ ਬਹੁਤ ਜਲਦੀ ਸਮਝ ਲੱਗੇਗੀ ਓਵਰ ਦਾ ਮਾਊਂਟਨਸ ਓਵਰ ਉਹਨਾਂ ਦੇ ਉੱਤੋਂ ਦੀ ਮਾਊਂਟਸ ਹੁੰਦੇ ਪਹਾੜ ਪਹਾੜਾਂ ਦੇ ਉੱਤੋਂ ਦੀ ਓਵਰ ਦਾ ਪਲੇਨਸ ਮੈਦਾਨਾਂ ਦੇ ਉੱਤੋਂ ਦੀ ਮੈਦਾਨ ਮੈ ਸमतल ਮੈਦਾਨ ਦੇ ਜ਼ਮੀਨ ਦੇ ਉੱਤੇ ਉਹਨੂੰ ਮੈਦਾਨ ਕਿਹਾ ਜਾਂਦਾ ਓਵਰ ਦਾ ਰਿਵਰਸ ਨਦੀਆਂ ਦੇ ਉੱਤੋਂ ਦੀ ਹੇਅਰ ਕਮਸ ਦਾ ਟ੍ਰੇਨ ਟੇਨ ਆ ਰਹੀਆਂ ਹੇਅਰ ਆਨ ਦਾ ਇੱਥੇ ਇੰਤ ਨੂੰ ਟ੍ਰੇਨਾਂ ਆ ਰਹੀਆਂ ਕੈਰੀਿੰਗ ਪੈਸੇਂਜਰਸ ਕੈਰੀਿੰਗ ਹੁੰਦਾ ਲੈ ਕੇ ਆਉਣਾ ਪੈਸੇਂਜਰ ਯਾਤਰੀਆਂ ਯਾਤਰੀਆਂ ਲੈ ਕੇ ਆ ਰਹੀਆਂ ਨੇ ਕੈਰੀਿੰਗ ਮੇਲਸ ਆਪਣੇ ਜਿਹੜੇ ਹੁੰਦੇ ਚਿੱਠੀ ਪੱਤਰ ਜਾਂ ਡਾਕ ਉਹਨਾਂ ਨੂੰ ਲੈ ਕੇ ਆ ਰਹੀਆਂ ਨੇ ਬ੍ਰਿੰਗਿੰਗ THEIR ਪ੍ਰੈਸਿਸ ਲੋਡ ਬ੍ਰਿੰਗਿੰਗ ਹੁੰਦਾ ਲੈ ਆਣਾ ਪ੍ਰੀਸਿਸ ਲੋਡ ਹੁੰਦਾ ਕੀਮਤੀ ਸਮਾਨ ਚਾਹੇ ਯਾਤਰੀਆਂ ਦੇ ਵਿੱਚ ਚਿੱਠੀ ਪੱਤਰ ਕੋਈ ਵੀ ਹੋਵੇ ਉਹ ਆਪਣਾ ਕੀਮਤੀ ਸਮਾਨ ਨਾਲ ਲੈ ਕੇ ਆਣੇ ਇਨ ਵਿਦਾਊਟ ਫੇਲ ਬਿਨਾ ਅਸਫਲ ਹੋਏ ਬਿਨਾ ਰੋਕੇ ਰੇਲ ਨਾਕੀ ਨੇ ਆਪਣਾ ਕੀਮਤੀ ਸਮਾਨ ਲੈ ਕੇ ਆ ਰਹੀਆਂ ਨੇ ਥਾਊਜ਼ੈਂਡ ਆਫ ਦਾ ਫਰਟ ਕਾਰਟ ਫਰਟ ਕਾਰਟ ਦਾ ਹੁੰਦਾ ਬੇਟੇ ਮਾਲ ਗੱਡੀਆਂ ਮਾਲ ਗੱਡੀ ਤੋਂ ਸਾਰੇ ਦੇਖੀ ਹੋਈਆਂ ਇੰਜ ਨਾ ਚੱਪਾ ਨਹੀਂ ਜਾਂਦੇ ਜਦੋਂ ਇਹ ਮਾਲਾਂ ਦਾ ਕੋਲਾ ਹੋ ਗਿਆ ਨਾ ਚੋ ਗਿਆ ਖਾਦ ਵਗੈਰਾ ਹੋ ਗਈ ਹਯਾਰਾ ਮਾਲਗੜੀਆਂ ਆਲ ਰਸ਼ਿੰਗ ਆਨ ਹਰ ਸਮੇਂ ਆਰੀਅਨ ਸੋ ਡੇ ਐਂਡ ਡਾਰਕਨੈਸ ਪਾਵੇਂ ਦਿਨ ਹੋਵੇ ਤੇ ਪਾਵੇਂ ਡਾਰਕਨੈਸ ਹੁੰਦਾ ਰਾਤ ਜਾਂ ਨੇਰਾ ਪਾਵੇਂ ਨੇਰਾ ਹੋਵੇ ਥਰੋ ਡਸਕ ਐਂਡ ਆਨ ਪਾਵੇਂ ਸੂਰਜ ਛिपਿਆ ਹੋਵੇ ਤੇ ਪਾਵੇਂ ਸੂਰਜ ਚੜ ਰਿਹਾ ਹੋਵੇ ਰੇਲ ਗੱਡੀਆਂ ਆਂਦੀਆਂ ਹੀ ਰਹਿੰਦੀਆਂ ਨੇ ਪਾਵੇਂ ਰਾਤ ਹੋਵੇ ਤੇ ਪਾਵੇਂ ਦਿਨ ਹੋਵੇ ਪਾਵੇਂ ਸੂਰਜ ਚੜ੍ਹਿਆ ਹੋਵੇ ਤੇ ਪਾਵੇਂ 66 ਦਾ ਬੇਲ ਹੈ ਰੇਲ ਗੜੀ ਆਪਦੀ ਰਫ਼ਤਾਰ 'ਚ ਆਪਣੀ ਮੰਜ਼ਿਲ ਨੂੰ ਵੱਧਦੀ ਹੀ ਜਾਂਦੀਆਂ ਨੇ ਓਵਰ ਦਾ ਮਾਊਂਟਨਸ ਪਹਾੜਾਂ ਦੇ ਉੱਤੋਂ ਦੀ ਓਵਰ ਦਾ ਪਲੇਨਸ ਪਲੇਨਸ ਦਾ ਮੈਦਾਨਾਂ ਦੇ ਉੱਤੋਂ ਦੀ ਓਵਰ ਦਾ ਰਿਵਰਸ ਨਦੀਆਂ ਦੇ ਉੱਤੋਂ ਦੇ ਹਰ ਕੰਮ ਦਾ ਟ੍ਰੇਨ ਗੜੀਆਂ ਇੱਧਰ ਨੂੰ ਆਉਂਦੀਆਂ ਹੀ ਰਹਿੰਦੀਆਂ ਨੇ ਇਸ ਪੁਆਇੰਟ ਜੇਮਸ ਐਸ ਟਿਪਟਦੀ ਬਹੁਤ ਛੋਟੀ ਪੁਆਇਮ ਮੈਨੂੰ ਆਸ ਹੈ ਤੁਹਾਨੂੰ ਬਹੁਤ ਜਲਦੀ ਸਮਝ ਲੱਗ ਜਾਏਗੀ ਅਗੇ ਬੈਠ ਐਕਟੀਵਿਟੀ ਹੈ 2 2 ਚ ਗਿਵਨ ਬਲੋ ਆਰ ਸਮ ਮੋਰ ਮੀਨਸ ਆਫ ਟਰਾਂਸਪੋਰਟ ਪੁੱਟ ਦਾ ਅੰਡਰ ਦਾ ਰਾਈਟ ਬਾਕਸ ਇਹ ਰ ਬਾਕਸ ਇਹਦੇ ਵਿੱਚ ਅਲਗ-ਅਲਗ ਤਰ੍ਹਾਂ ਦੇ ਆਵਾਜ ਦੇ ਸਾਧਨ ਨੇ ਮੈਗਨੋ ਦੱਸਣੇ ਨੇ ਵੀ ਕਿਹੜੇ ਧਰਤੀ ਤੇ ਚੱਲਦੇ ਨੇ ਕਿਹੜੇ ਅਸਮਾਨ ਤੇ ਚੱਲਦੇ ਨੇ ਉਹ ਜਿਹੜੇ ਪਾਣੀ ਤੇ ਚੱਲਦੇ ਨੇ ਉਹਨਾਂ ਦਾ ਇੱਕ ਟੇਬਲ ਬਣਾਣਾ ਹੈ ਟੇਬਲ ਦੇਖੋ ਕਿ ਬਣੀ ਹੋਇਆ ਹੈ लैंड लैंड धरती चलन वाले सुाई आसमान से चलन वाले वाटर पानी तो चल देखो मेटी पहला बॉक्स है कार कार कितने चलती धरती धरती वाले बॉक्स लैंड लिख दें उससे बस बस कितने चलती है लैंड से और लैंड चल लिख दें उस तो बाद एरोप्लेन एरोप्लेन कितने चलता है सुाई आसमान आसमान तिख ਸਬਸ਼ਿਪ ਸਿਫ ਤੇ ਜਲਦੀ ਪਾਣੀ ਚ ਸਿਫ ਹੁੰਦਾ ਜਾਜ ਜਾਜ ਹੁੰਦਾ ਪਾਣੀ ਚ ਪਾਣੀ ਚ ਲਿਆ ਸਕੂਟਰ ਸਕੂਟਰ ਤੇ ਤੇ ਚੱਲਦਾ ਇਸ ਲਈ ਲੈਂਡਡ ਬਾਕਸ ਚ ਲਿਖ ਦਾਂਗੇ ਸਬਮਰਾਈਨ ਸਬਮਰਾਈਨ ਹੁੰਦੇ ਪਾਣੀ ਡੁੱਬੀਆਂ ਇਹ ਪਾਣੀ ਚ ਚੱਲਦੀਆਂ ਨੇ ਉਹ ਵਲ ਆਪਾਂ ਵਾਟਰ ਬਾਕਸ ਚ ਲਿਖ ਦਾਂਗੇ ਹੈਲੀਕਾਪਟਰ ਸਮਾਨ ਚੁਟਦੇ ਨੇ ਇਸ ਲਈ ਆਪਾਂ ਸਕਾਈ ਵਿੱਚ ਟ੍ਰੇਨ ਜ਼ਮੀਨ ਤੇ ਚੱਲਦੀਆਂ ਲੈਂਡ ਲੈਂਡਡ ਬਾਕਸ ਚ ਲਿਖ ਦਾਂਗੇ उस बोट बोट हों कि पानी चलती है वो वाटर बॉक्स लिख देंगे जीप जीप धरती चलती है उस लैंडल बॉक्स लिख देंगे आटो आटो भी अपने लैंडल बॉक्स बइसाइकिल भी लैंडल बॉक्स इस बैठे थोड़े ट्रांसपोर्ट धरती से चलने वाले आकाश से चलन वाले और पानी चलने वाले सारे बॉक्स बनाता पीछे फिर भी कार बस एरोप्लेन शिप स्कूटर ਸਮ ਰਾਈਨ ਹੈਲੀਕਾਪਟਰ ਟ੍ਰੇਨ ਬੋਟ ਜੀਪ ਆਟੋ ਬਾਈਸਿਕ ਐਕਟੀਵਿਟੀ ਤਿੰਨ ਚ ਵੱਧਦੇ ਆਪਾਂ ਰਾਈਟ ਆਨਸਰ ਟੂ ਫੋਲੋਇੰਗ ਦਾ ਕੁਐਸਚਨ ਕੁਐਸਚਨ ਪਹਿਲਾ ਹੈ ਪਹਿਲਾ ਕੁਐਸਚਨ ਹੈ ਵਟ ਪਲੇਸ 杜 ਦਾ ਟ੍ਰੇਨ ਗੋ ਟੂ ਇਹਨਾਂ ਰੇਲ ਗੱਡੀਆਂ ਕਿੱਥੇ ਕਿੱਥੇ ਜਾਂਦੀਆਂ ਨੇ ਕਿਹੜੇ ਕਿਹੜੇ ਥਾਵਾਂ ਤੇ ਜਾਂਦੀਆਂ ਨੇ ਉਹ ਆਪਾਂ ਪਹਿਲਾਂ ਹੀ ਪੈਰ ਵਿੱਚ ਪੜ ਚੁੱਕੇ ਹਾਂ ਇਹ ਕੁਐਸਚਨ ਮੇਂ ਲਿਖਿਆ ਹੋਇਆ ਹੈ ਟ੍ਰੇਨਸ ਗੋ ਓਵਰਸ ਦਾ ਮਾਊਂਟਨਸ ਪਲੇਨਸ ਐਂਡ ਦਾ ਰੀਵਰ ਜਿਹੜੀਆਂ ਰੇਲ ਗੱਡੀਆਂ ਨੇ ਉਹ ਪਹਾੜਾਂ ਦੇ ਉੱਤੋਂ ਦੀ ਮੈਦਾਨਾਂ ਦੇ ਉੱਤੋਂ ਦੀ ਅਤੇ ਨਦੀਆਂ ਦੇ ਉੱਤੋਂ ਦੀ ਹੁੰਦੀਆਂ ਸਾਡੇ ਵੱਲ ਆ ਰਹੀਆਂ ਸੀ ਇਹ ਨੇ ਤੁਹਾਡਾ ਪਹਿਲਾ ਕੁਐਸਚਨ ਸੈਕੰਡ ਕੁਐਸਚਨ ਹੈ ਵਾਟ 杜 ਦੇ ਕੈਰੀ ਜਿਹੜੇ ਟ੍ਰੇਨਾਂ ਨੇ ਉਹ ਕੀ ਲੈ ਕੇ ਆਉਂਦੀਆਂ ਨੇ ਕੀ ਲੈ ਕੇ ਜਾਂਦੀਆਂ ਨੇ ਕੀ ਲੈ ਕੇ ਹੁੰਦੀਆਂ ਦਾ ਟ੍ਰੇਨ ਦਾ ਟ੍ਰੇਨ ਕੈਰੀਜ਼ ਦਾ ਕੈਰੀਜ਼ ਅ ਟ੍ਰੇਨ ਕੈਰੀ ਯਾਤਰੀਆਂ ਨੂੰ ਪੈਸੇਂਜਰਸ ਐਂਡ ਮੇਲਸ ਯਾਤਰੀਆਂ ਲੈ ਕੇ ਆਉਂਦੀਆਂ ਨੇ ਜਾਂ ਆਪਣੇ ਚਿੱਠੀ ਪੱਤਰਾਂ ਨੂੰ ਲੈ ਕੇ ਆਉਂਦੀਆਂ ਪੈਸੇਂਜਰਸ ਐਂਡ ਮੇਲਸ ਤੀਜਾ ਕੁਐਸਚਨ ਹੈ ਵਾਇਡ ਆਇ ਦਾ ਪੁਆਇਟ ਕਾਲ ਪੈਸੇਂਜਰ ਐਂਡ ਮੇਲਸ ਐਂਡ ਪ੍ਰੀਸਿਸ ਲੋਡ ਕਹਿੰਦਾ ਕਵੀ ਕਹਿੰਦਾ ਹੈ ਯਾਤਰੀਆਂ ਨੂੰ ਅਤੇ ਚਿੱਠੀ ਪੱਤਰਾਂ ਨੂੰ ਕੀਮਤੀ ਸਮਾਨ ਕਿਉਂ ਕਹਿੰਦਾ ਕਿਉਂ ਕਹਿ ਕੇ ਬੁਲਾਉਂਦਾ ਤਾਂ ਬਟ ਪਤਾ ਵੀ ਜਿਹੜਾ ਆਪਣਾ ਸਮਾਨ ਲੈ ਕੇ ਜਾਂਦਾ ਰੇਲ ਗੱਡੀ ਉਮ ਤੋਂ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਇਸ ਲਈ ਉਹਨੂੰ ਕੀਮਤੀ ਸਮਾਨ ਕਿਹਾ ਗਿਆ ਤੇ ਇਸ ਲਈ ਆਨਸਰ ਇਹਦਾ ਆਏਗਾ ਵਾਈਟ ਕਾਰਗੋ ਟਸਿੰਜਰਸ ਐਂਡ ਮੇਲਸ ਐਡ ਪ੍ਰੀਸਿਸ ਲੋਡ ਬਿਕੋਜ਼ ਦੇ ਆਰ ਵੈਰੀ ਇੰਪੋਰਟਡ ਕਿਉਂਕਿ ਉਹ ਬਹੁਤ ਹੀ ਮਹੱਤਵਪੂਰਨ ਸਮਾਨ ਹੈ ਇਸ ਲਈ ਉਹਨੂੰ ਪ੍ਰੀਸਿਸ ਲੋਡ ਕਿਹਾ ਗਿਆ ਵਟ 杜 ਦ ਟ੍ਰੇਨ ਰਨ ਰੇਲ ਗੱਡੀਆਂ ਕਿੱਥੇ ਕਿੱਥੇ ਦੌੜਦੀਆਂ ਤੇ ਦ ਟ੍ਰੇਨਸ ਰਨਸ ਉਹੀ ਪਹਿਲਾ ਕੁਐਸਚਨ ਓਵਰ ਦ ਮਾਊਂਟਨਸ ਪਲੇਨਸ ਐਂਡ ਦ ਰੀਵਰ ਜੋ ਰੇਲ ਗੱਡੀਆਂ ਨੇ ਆਪਾਂ ਦੇ ਉਪਰੋਂ ਦੀ ਮਦਾਨਾਂ ਦੇ ਉੱਤਰ ਦੀ ਔਰ ਨਦੀਆਂ ਦੇ ਉਤੋਂ ਦੀ ਚਲਦੀਆਂ ਵਾਟ ਆਰ ਦਾ ਫਰੇਟ ਕਾਰਸ ਫਰੇਟ ਕਾਰਸ ਮਤਲਬ ਤੁਹਾਨੂੰ ਦੱਸੇ ਮਾਲ ਗੱਡੀਆਂ ਮਾਲ ਗੱਡੀਆਂ ਕੀ ਹਨ ਮਾਲ ਗੱਡੀਆਂ ਕੀ ਹੁੰਦਾ ਤੁਹਾਨੂੰ ਪਤਾ ਹੀ ਜਿਨ੍ਹਾਂ ਚ ਆਪਾਂ ਨਹੀਂ ਜਾਂਦੇ ਹੈਵੀ ਸਮਾਨ ਆਉਂਦਾ ਉਹਨੂੰ ਮਾਲ ਗੱਡੀਆਂ ਕਹਿੰਦੇ ਤੇ ਟ੍ਰੇਨ ਵਿੱਚ ਕੇ ਆਰ ਇਸ ਗੁੱਡਸ ਆਰ ਕਾਲਡ ਫਰੇਟ ਕਾਰਸ ਟ੍ਰੇਨ ਵਿੱਚ ਉਹ ਗੱਡੀਆਂ ਜਿਹੜੇ ਸਾਡੇ ਸਮਾਨ ਨੂੰ ਲੈ ਕੇ ਆਉਂਦੀ ਹੈ ਨਾ ਉਹਨੂੰ ਫੈਟ ਕਾਰਡਸ ਕਿਹਾ ਜਾਂਦਾ ਜਿਵੇਂ ਕੋਲਾ ਕਣਕ ਖਾਦ ਚਾਵਲ ਮਤਲਬ ਹੈਵੀ ਸਮਾਨ ਆਉਂਦਾ ਹੈ ਉਹਨਾਂ ਨੂੰ ਫਿਟ ਕਾਰਡਸ ਕਿਹਾ ਜਾਂਦਾ ਤੇ ਟ੍ਰੇਨ ਵਿੱਚ ਕੈਰੀ ਗੁੱਡਸ ਆਰ ਕਾਲਡ ਫਿਟ ਕਾਰਡਸ ਉਸ ਵਿੱਚ ਇਹ ਪੁਆਇੰਟ ਪੁਆਇੰਟ ਬਹੁਤ ਛੋਟੀ ਸੀ ਇਸ ਲਈ ਆਪ ਪੁਆਇੰਟ ਤੁਹਾਨੂੰ ਆਸ ਤੇ ਸਮਝ ਲੱਗੀ ਹੋਏਗੀ ਉਸ ਐਕਟੀਵਿਟੀ 2 ਵਿੱਚ ਆਪਾਂ ਲੈਂਡ ਸਕਾਈ ਐਂਡ ਵਾਟਰ ਵਾਲੇ ਯੂ ਟ੍ਰਾਂਸਪੋਰਟ ਕਰਨੇ ਸੀ ਉਸ ਤੋਂ ਬਾਅਦ 33 ਵਿੱਚ ਕੁਐਸਚਨ ਸੀ ਕੁਐਸਚਨ ਸਾਰੇ ਪੁਆਇੰਟ ਦੇ ਵਿੱਚ ਨੇ ਵਟ ਪਲੇਸ 杜 द ट्रेन गो ਪਹਿਲਾ ਕੁਐਸਚਨ ਹੀ ਹੈ ਕਿੱਥੇ ਕਿੱਥੇ ਮਾਊਂਟ ਪਲੇਨਸ ਐਂਡ ਰੀਵਰ ਸੈਕਿੰਡ ਵਟ 杜 ਦੇ ਕੈਰੀ ਕੀ ਲੈ ਕੇ ਹੁੰਦੀਆਂ ਨੇ ਰੇਜਿੰਜਰਸ ਐਂਡ ਮੇਲਸ ਚੌਥਾ ਆ ਗਿਆ ਦਾ ਪੁਆਇਟ ਕਾਲਪ ਸਿੰਜਨ ਮੇਲ ਪ੍ਰੀਸੀਸ ਲੋਡ ਕਿਉਂ ਕਹਿੰਦਾ ਕਿਉਂਕਿ ਬਿਕੋਜ਼ ਦੇ ਆਰ ਵੈਰੀ ਇੰਪੋਰਟਡ ਚੌਥਾ ਵਟ ਆਰ ਦਾ ਟ੍ਰੇਨ ਰਨ ਗੱਡੀਆਂ ਕਿੱਥੇ ਕਿੱਥੇ ਦੌੜਦੀਆਂ ਨੇ ਤੇ ਗੱਡੀਆਂ ਇਹ ਪਹਾੜਾਂ ਤੇ ਮੈਂ ਦੰਨਾਂ ਤੇ ਉਹ ਨਦੀਆਂ ਤੇ ਦੌੜਦੀਆਂ ਨੇ ਉਹ ਪਹਿਲਾ ਕੁਐਸਚਨ ਫਿਰ ਉਹ ਵੀ ਸੇਮ ਆ ਗਿਆ ਵਾਟ ਆਰ ਅ ਫਰੇਟ ਕਾਰ ਫਰੇਟ ਕਾਰ ਕਿਨੇ ਮਾਲ ਗੱਡੀਆਂ ਤੇ ਮਾਲ ਗੱਡੀਆਂ ਜੋ ਸਾਰੇ ਜਾਣਦੀਆਂ ਔਰ ਟ੍ਰੇਨਸ ਵਿੱਚ ਕੈਰੀ ਗੁੱਡਸ ਆਰ ਕਾਲਡ ਫਰੇਟ ਕਾਰਸ ਦੋਸੇ ਪੈਟ ਐਫੀ ਪੁਆਇੰਟ ਬਹੁਤ ਸੋਕੀ ਪੁਆਇੰਟ ਅਗੇ ਐਕਟੀਵਿਟੀ 4 ਅਗੇ ਕਰਾਂਗੇ ਧੰਨਵਾਦ